हेलो फ्रेंड वेलकम टू ऑल माय यूट्यूब चैनल तो फ्रेंड्स आज हम साइंस का प्रीवियस पेपर सॉल्व करने जा रहे हैं तो फ्रेंड्स इस पिछली वीडियो में हमने 32 तक क्वेश्चन जो है सॉल्व किए थे और जिन फ्रेंड्स ने वो वीडियो नहीं देखी उसका जो लिंक आपको डिस्क्रिप्शन में मिल जाएगा तो वो पहले वीडियो को जरूर देख लें तो वीडियो शुरू करने से पहले अगर आप इस चैनल में नए हैं अभी तक चैनल को सब्सक्राइब नहीं किया तो प्लीज़ पहले चैनल को सब्सक्राइब करें साथ में बेल आइकन को प्रेस करें ताकि हर इन्फॉर्मेटिव वीडियो का नोटिफिकेशन सबसे पहले आप तक पहुंच सके और अगर आपको वीडियो अच्छी लगती है तो वीडियो को एक लाइक जरूर कीजिए तो क्वेश्चन रीड करते हैं क्वेश्चन नंबर थर्टी थ्री विच एमोंग द फॉलोइंग डज नॉट फॉल इन द कैटेगरी ऑफ एक्सरी एक्सक्रीटरी ऑर्गेनस किडनी लीवर लंग्स स्किन तो हमारे पास पंजाबी में है हेठ लिख्या असेसरी एक्सक्रेटरी अंगा के वर्ग में नहीं है तो ऑप्शन है साढ़े कुछ गुरदा मैदा फेफड़े ਚਮੜੀ ਤੋਂ ਇਸ ਪਹਿਲਾ ਹੀ ਆਪਸ਼ਨ ਹੈ ਸਾਡੇ ਕੋਲ ਜਿਸ ਦਾ ਗੁਰਦਾ ਰਾਈਟ ਆਨਸਰ ਹੈ ਇਹ ਐਕਸ ਐਕਸਰੀ ਐਕਸਕ੍ਰੀਟਰੀ ਅੰਗਾਂ ਦੇ ਵਰਗ ਵਿੱਚ ਨਹੀਂ ਆਂਦਾ ਜਲਦ ਕੀ ਮੈਂਦਾ ਚਮੜੀ ਤੇ ਫਿੱਫੜੇ ਜਿਹੜੇ ਐ ਇਸ ਵਰਗ ਵਿੱਚ ਆਂਦੇ ਐ ਨੈਕਸਟ ਕੁਐਸਚਨ ਕਰਦੇ ਹਾਂ ਕੁਐਸਚਨ ਨੰਬਰ 32 ਵਿਚ অর্গানিਜ਼ਮ ਰਿਪਰੋਡਿਊਸ ਇਨ 1 ਔਰ ਮੋਰ ਵੇ ਟਿਕ ਵਿਚ ਇਜ਼ ਨਾਟ ਰੈਵਲੈਂਟ ਕਹਿੰਦੇ ਕਿ ਪ੍ਰਾਣੀ ਜੋ ਮੂੜ ਤੋਂ ਜੀਵਨ ਪੈਦਾ ਕਰਦੇ ਹਨ ਇੱਕ ਜਾਂ ਵਧੇਰੇ ਤਰੀਕਿਆਂ ਨਾਲ ਸਹੀ ਚੁਣੋ ਲਿੰਗਵਾਨੀ ਜੀਵਨ ਉਤਪੰਨਤਾ ਜਾਂ ਲਿੰਗਕ ਜੀਵਨ ਉਤਪੰਨਤਾ ਜਾਂ ਦੋਵੇਂ ਲਿੰਗਵਾਨੀ ਅਤੇ ਲਿੰਗ ਜੀਵਨ ਉਤਪੰਨਤਾ ਜਾਂ ਆਪਸ਼ਨ ਡੀ ਹੈ ਉਪਰਕਤ ਵਿੱਚੋਂ ਕੋਈ ਵੀ ਨਹੀਂ ਤੋਂ ਇਸ ਦਾ ਆਨਸਰ ਹੈ ਜੀ ਆਪਸ਼ਨ ਡੀ नैक्सट क्वेश्चन है साढ़े को फादर ऑफ जेनेटिक इज क्या कि जेन्स विज्ञान का पितामा है ऑप्शन सूँ नीचे देते हैं ऑप्शन ए है ग्रेगर जॉन मैंडल तो राइट ऑप्शन भी यही है जी जेनेस विज्ञान का पितामा क्या जाता है ग्रेगर जॉन मैंडल्स द राइट ऑप्शन है ऑप्शन ए नैक्सट क्वेश्चन है इन थर्टी सिक्स इन ह्यूमन बीइंग्स ਦੇਰ ਆਰ ਮਨੁੱਖ ਵਿੱਚ ਹੁੰਦੇ ਹਨ 5 ਪੇਅਰ ਆਫ ਕ੍ਰੋਮੋਸੋਮ ਜਾਂ 10 ਪੇਅਰ ਆਫ ਕ੍ਰੋਮੋਸੋਮ ਜਾਂ 15 ਪੇਅਰ ਆਫ ਕ੍ਰੋਮੋਸੋਮ ਜਾਂ 23 ਪੇਅਰ ਆਫ ਕ੍ਰੋਮੋਸੋਮ ਤੋਂ ਇਸ ਦਾ ਰਾਈਟ ਆਨਸਰ ਹੈ ਜੀ ਮਨੁੱਖ ਵਿੱਚ 23 ਪੇਅਰਸ ਆਫ ਕ੍ਰੋਮੋਸੋਮ ਹੁੰਦੇ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਸਾਡੇ ਕੋਲ ਜੀ 37 which out the following are good to prevent the soil erosion jameen de khor nu rokan layi sab to uttam upay ki hai crop rotation afforestation ya strong embankment ya all of these to so the right answer option d hai ji all of these ਨੈਕਸਟ ਕੁਐਸਚਨ ਹੈ ਜੀ 38 ਦਾ ਫਾਰਮੂਲਾ ਵਾਸ਼ਿੰਗ ਸੋਡਾ ਵੈਰੀ ਵੈਰੀ ਇੰਪੋਰਟੈਂਟ ਕਪੜੇ ਧੋਣ ਵਾਲੇ ਸੋਡੇ ਦਾ ਫਾਰਮੂਲਾ ਆਪਸ਼ਨ ਸਾਡੇ ਕੋਲ ਏ ਹੈ ਦੇਖ ਸਕਦੇ ਹੋ ਸੋਡੀਅਮ ਕਾਰਬੋਨੇਟ H2O ਆਪਸ਼ਨ ਵੀ ਹੈ ਸੋਡੀਅਮ ਕਾਰਬੋਨੇਟ 10 H2O ਸੀ ਆਪਸ਼ਨ ਹੈ ਸੋਡੀਅਮ ਬਾਈਕਾਰਬੋਨੇਟ H2O ਜਾਂ ਸੋਡੀਅਮ ਕਾਰਬੋਨੇਟ ਥਿਸ ਇਜ਼ ਦਾ ਰਾਈਟ ਆਪਸ਼ਨ ਹੈ ਜੀ ਆਪਸ਼ਨ ਬੀ ਕਪੜੇ ਧੋਣ ਵਾਲੇ ਸੋਡੇ ਦਾ ਫਾਰਮੂਲਾ ਸੋਡੀਅਮ ਕਾਰਬੋਨੇਟ टेन एच टू ओ यानी कि टेन मॉलीक्यूल्स ऑफ वाटर तो वेरी वेरी इंपॉर्टेंट फार्मूला है तो उन्होंने याद रखना फार्मूला ऑफ द वाशिंग सोडा सोडियम कार्बोनेट इंटू टेन एच टू ओ टेन मॉलीक्यूल्स ऑफ वाटर क्वेश्चन वेन you added water to concentrated h2so4 there is keda ki jadon tusi concentrated h2so4 vich yani ki sulfuric acid vich pani milande ho theek hai ji jadon tusi sulfuric acid vich pani milande ho to ki hunda koi garmi paida nahi hundi ya keval kol garam ho janda hai ਜਦ ਬਹੁਤ ਜ਼ਿਆਦਾ ਐਕਸੋਥਰਮਿਕ ਹੋ ਜਾਂਦਾ ਹੈ ਜਾਂ ਬਹੁਤ ਜ਼ਿਆਦਾ ਐਂਡੋਥਰਮਿਕ ਹੋ ਜਾਂਦਾ ਹੈ ਠੀਕ ਹੈ ਜੀ ਤਾਂ ਇਸ ਦਾ ਆਪਸ਼ਨ ਹੈ ਆਪਸ਼ਨ ਸੀ ਇਹ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਹੁੰਦੀ ਹੈ ਬਹੁਤ ਜ਼ਿਆਦਾ ਐਕਸੋਥਰਮਿਕ ਹੋ ਜਾਂਦਾ ਹੈ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਪਾਣੀ ਐਡ ਕਰਦੇ ਹਾਂ ਸਲਫਿਉਰਿਕ ਐਸਿਡ ਵਿੱਚ ਤੇ ਇਹ ਬਹੁਤ ਹੀ ਖਤਰਨਾਕ ਹੋ ਜਾਂਦਾ ਹੈ ਤਾਂ ਇਸ ਲਈ ਹਮੇਸ਼ਾ ਪਾਣੀ ਵਿੱਚ ਹੀ ਸਲਫਿਉਰਿਕ ਐਸਿਡ ਨੂੰ ਮਿਲਾਇਆ ਜਾਂਦਾ ਹੈ ਤੇ ਕਦੀ ਵੀ ਸਲਫਿਉਰਿਕ ਐਸਿਡ ਦੇ ਵਿੱਚ ਪਾਣੀ ਨਹੀਂ ਮਿਲਾਇਆ ਜਾਂਦਾ ਕਿਉਂਕਿ ਇਹਦੇ ਨਾਲ ਬਹੁਤ ਹੀ ਹੀਟ ਜੜੀ ਹੈ ਪ੍ਰੋਡਿਊਸ ਹੁੰਦੀ ਹੈ ਤਾਂ ਇਸ ਕੁਐਸਚਨ ਦੇ ਮੁਤਾਬਿਕ ਕਿ ਜਦੋਂ ਤੁਸੀਂ ਕਨਸੈਂਟ੍ਰੇਟਿਡ ਐਚ ਸਲਫਿਉਰਿਕ ਐਸਿਡ ਵਿੱਚ ਪਾਣੀ ਮਿਲਾਉਂਦੇ ਹੋ ਤਾਂ ਬਹੁਤ ਜ਼ਿਆਦਾ ਐਕਸੋਥਰਮਿਕ ਹੋ ਜਾਂਦਾ ਹੈ ਠੀਕ ਹੈ ਜੀ অপਸ਼ਨ ਸੀ ਇਸ ਦਾ ਰਾਈਟ ਆਨਸਰ ਕੁਐਸਚਨ ਨੰਬਰ 40 ਦਾ ਕਾਪਰ ਰੀਐਕਟਸ ਵਿਦ ਆਕਸੀਜਨ ਐਟ ਹਾਈ ਟੈਂਪਰੇਚਰ ਟੂ ਫਾਰਮ ਕਿੰਦਾ ਕਿ ਤਾਂਬਾ ਆਕਸੀਜਨ ਦੇ ਨਾਲ ਪ੍ਰਤੀਕਿਰਿਆ ਕਰਦਾ ਹੈ ਤਾਂ ਕੀ ਬਣਾਉਂਦਾ ਹੈ ਕਾਪਰ ਆਕਸਾਈਡ ਬਣਾਉਂਦਾ ਹੈ ਕਾਪਰ ਆਕਸਾਈਡ ਐਂਡ ਆਕਸੀਜਨ ਜਾਂ ਕਾਪਰ ਆਕਸਾਈਡ ਐਂਡ ਕਾਪਰ ਆਕਸਾਈਡ ਐਂਡ ਆਕਸੀਜਨ ਜਾਂ ਨਨ ਆਫ ਥਿਸ ਤੇ ਸਹੀ ਆਪਸ਼ਨ ਹੈ ਜੀ ਆਪਸ਼ਨ A ਕਾਪਰ ਆਕਸਾਈਡ ਤੇ ਜਦੋਂ ਵੀ ਕੋਈ ਮੈਟਲ ਜਿਹੜੀ ਆਕਸੀਜਨ ਨਾਲ ਰੈਕਟ ਕਰਦੀ ਹੈ ਤੇ ਉਹ ਆਕਸਾਈਡ ਬਣਾਉਂਦੀ ਹੈ ਤਾਂ ਜਿਸ ਤਰ੍ਹਾਂ ਤੁਸੀਂ ਰੈਕਸ਼ਨ ਦੇਖ ਰਹੇ ਸਾਡੇ ਕੋਲ ਆ ਗਿਆ ਕਾਪਰ ਗਿਆ ਗਿਆ ਆਕਸੀਜਨ ਠੀਕ ਹੈ ਜੀ ਜਦੋਂ ਨੂੰ ਸੀ ਟੈਂਪਰੇਚਰ ਤੇ ਗਰਮ ਕਰਦੇ ਆ ਤਾਂ ਕੀ ਬੰਦਾ ਸਾਡੇ ਕੋਲ ਕਾਪਰ ਆਕਸਾਈਡ ਕੀ ਬੰਦਾ ਹੈ ਕਾਪਰ ਆਕਸਾਈਡ ਇਹ ਸਾਡੇ ਕੋਲ ਅਨਬੈਲੈਂਸਡ ਇਕੁਏਸ਼ਨ ਹੈ ਜਦੋਂ ਅਸੀਂ ਇਹਨੂੰ ਬੈਲੈਂਸਡ ਕਰਾਂਗੇ ਜਿਸ ਦਾ ਸਾਡੇ ਕੋਲ ਦੇਖਿਆ ਕਿ ਆਕਸੀਜਨ ਦੇ ਦੋ ਮੋਲੀਕੂਲਸ ਹੈ ਤਾਂ ਰਾਈਟ ਸਾਈਡ ਦੇ ਸਾਡੇ ਕੋਲ ਆਕਸੀਜਨ ਦਾ ਇੱਕ ਮੋਲੀਕੂਲਸ ਹੈ ਤੈਨੂੰ ਅਸੀਂ ਦੋ ਨਾਲ ਮਲਟੀਪਲਾਈ ਕਰਾਂਗੇ ਜਿਸ ਤਰ੍ਹਾਂ نیچے ਇਕੁਏਸ਼ਨ ਹੈ ਦੋ ਨਾਲ ਮਲਟੀਪਲਾਈ ਕਰਾਂਗੇ ਇੱਥੇ ਦੋ ਕਾਪਰ ਦੇ ਮੋਲੀਕੂਲਸ ਹੋਗੇ ਦੋ ਆਕਸੀਜਨ ਦੇ ਹੋਗੇ ਹੁਣ ਅਸੀਂ ਅ ਲੈਫਟ ਸਾਈਡ ਦੇਖਣੇ ਆਕਸੀਜਨ ਦੇ 2 ਐ ਇਧਰ ਵੀ 2 ਐ ਸੇਮ ਐ ਲੇਕਿਨ ਕਾਪਰ ਇੱਥੇ ਸਾਡੇ ਕੋਲ ਇੱਕ ਸੀ ਮੋਲੀਕੂਲ ਸੇ ਇੱਥੇ ਇਹਨੂੰ ਕਾਪਰ ਨੂੰ ਵੀ 2 ਦੇ ਨਾਲ ਮਲਟੀਪਲਾਈ ਕਰਾਂਗੇ ਤੇ ਸਾਡੇ ਕੋਲ ਬੈਲੈਂਸਡ ਇਕੁਏਸ਼ਨ ਬਣ ਜਾਂਦੀ ਐ ਠੀਕ ਐ ਜੀ ਇਹ ਬਣ ਜਾਂਦੀ ਸਾਡੇ ਕੋਲ ਬੈਲੈਂਸਡ ਇਕੁਏਸ਼ਨ ਠੀਕ ਹੈ ਜੀ ਬੇਸਿਕਲੀ ਕੁਐਸਚਨ 'ਚ ਅਸੀਂ ਆਨਸਰ ਦੱਸਣਾ ਹੈ ਇਹ ਕਿ ਜਦੋਂ ਕਾਪਰ ਜਿਹੜਾ ਆਕਸੀਜਨ ਨਾਲ ਰੈਕਟ ਕਰਦਾ ਹੈ ਤਾਂ ਉਹ ਕੀ ਬਣਾਉਂਦਾ ਹੈ ਕਾਪਰ ਆਕਸਾਈਡ ਠੀਕ ਹੈ ਤਾਂ ਫਰੈਂਡਸ ਅਗਰ ਤੁਹਾਨੂੰ ਵੀਡੀਓ ਅੱਛੀ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੈ ਹਿੰਦ